ਕਿ 15 ਅਗਸਤ 1947 ਨੂੰ ਆਜ਼ਾਦੀ ਅੰਗਰੇਜ਼ਾਂ ਤੋਂ ਮਿਲੀ ਸੀ। ਅਸੀਂ ਇਸ ਫੰਕਸ਼ਨ ਦਾ ਸਾਰਾ ਪ੍ਰਭਾਵ ਇਹ ਪਾਉਂਦੇ ਹਾਂ ਜਿਵੇਂ ਆਜ਼ਾਦੀ ਪਾਕਿਸਤਾਨ ਤੋਂ ਮਿਲੀ ਹੋਵੇ ਲੜਾਈ ਕਰਕੇ। ਉਹ ਤਾਂ ਵੈਰੀ ਉਹ ਸਾਡਾ ਆਪਣਾ ਪੰਜਾਬ ਸੀਗਾ, ਉਹ ਦੋ ਹਿੱਸਿਆਂ ਚ ਵੰਡਿਆ ਗਿਆ, ਉਹਦੇ ਚ ਇੱਕ ਲੜਾਈ ਹੋਈ, ਕਤਲੇਆਮ ਹੋਇਆ, 10 ਲੱਖ ਲੋਕ ਮਾਰੇ ਗਏ, ਸਰਕਾਰੀ ਅੰਕੜਾ ਇਹ ਕਹਿੰਦਾ ਕਿ 80 ਲੱਖ ਲੋਕ ਉਜੜੇ। ਉਹ ਸਾਡਾ ਉਜਾੜਾ ਸੀਗਾ, ਲੰਬੀ ਚੌੜੀ ਬਹਿਸ ਹੈ ਇਹਦੇ ਤੇ ਕਦੇ ਫੇਰ ਕਰਾਂਗੇ, ਪਰ ਅਸੀਂ ਇਹਦੇ ਸਾਰਾ ਪ੍ਰਭਾਵ ਇਹ ਦਿੰਦੇ ਹਾਂ। ਜਦਕਿ ਉਹ ਲੜਾਈ ਕੋਈ 71 ਦੇ ਵਿੱਚ ਹੋਈ ਹੋਊ, ਜੇ ਪਹਿਲੀ ਨੂੰ ਲੜਾਈ ਮੰਨ ਲਈਏ ਤਾਂ 48 ਦੇ ਵਿੱਚ ਹੋਈ ਹੋਊ, 71 ਚ ਹੋਈ ਹੋਊਗੀ, ਕਾਰਗਿਲ ਚ ਹੋਈ ਸੀਗੀ। ਤਾਂ ਜਿਹੜਾ ਤੁਹਾਡਾ ਸਕੂਲ ਪ੍ਰਭਾਵ ਦਿੰਦਾ ਜਲਾਲਾਬਾਦ ਵਾਲਾ, ਉਹ 71 ਦੀ ਵਾਰ ਦਾ ਆਜ਼ਾਦੀ ਨਾਲ ਜਿਹਦਾ ਕੋਈ ਸੰਬੰਧ ਨਹੀਂ ਹੈ। ਤੇ ਹਥਿਆਰਾਂ ਦਾ ਪ੍ਰਦਰਸ਼ਨ ਜਿੰਨਾ ਘੱਟ ਹੋਵੇ, ਇਸ ਫੰਕਸ਼ਨ ਚ ਪਿਆਰ ਦਾ ਸੁਨੇਹਾ ਹੋਵੇ, ਮੈਨੂੰ ਇਹ ਲੱਗਦਾ। ਮੇਰਾ ਨਿੱਜੀ ਵਿਚਾਰ ਵੀ ਹੋ ਸਕਦਾ, ਤੁਸੀਂ ਵੀ ਬਹੁਤ ਸਿਆਣੇ ਹੈਗੇ ਹੋ, ਪਰ ਹਿੰਸਾ ਦਾ, ਹਥਿਆਰਾਂ ਦਾ ਪ੍ਰਗਟਾਵਾ ਘੱਟ ਹੋਵੇ, ਕਿਸੇ ਕਮਿਊਨਿਟੀ ਦੇ ਖਿਲਾਫ ਉਹ ਵੀ ਘੱਟ ਹੋਵੇ। ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀਗੀ, ਜੇ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਦੀ ਕੋਈ ਗੱਲ ਹੋਵੇ ਤਾਂ ਮੈਨੂੰ ਲੱਗਦਾ ਉਹ ਇਸ ਫੰਕਸ਼ਨ ਦੇ ਵਿੱਚ ਰੈਲੇਵੈਂਟ ਹੋਊਗੀ। ਇਸ ਕਰਕੇ ਤੁਹਾਡਾ ਸਕੂਲ ਅਸੀਂ ਡਰੌਪ ਕਰ ਰਹੇ ਹਾਂ।